ਫੇਮਸ ਸਿੰਗਰ ਤੇ ਐਕਟਰ ਗੁਰਨਾਭ ਪੁੱਲਰ ਦਾ ਬੀਤੇ ਦਿਨ ਹੀ ਵਿਆਹ ਜਿਹੜਾ ਕਿ ਉਹ ਹੋ ਚੁੱਕਿਆ ਸੋ ਸਾਰੇ ਭਰਾ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਗੁਰਨਾਭ ਪੁੱਲਰ ਨੂੰ ਮੁਬਾਰਕਾਂ ਜਰੂਰ ਦੇ ਦੇ ਉਹਨਾਂ ਦੇ ਵਿਆਹ ਦੀਆਂ ਸੋ ਬਹੁਤ ਸਾਰੇ ਭਰਾਵਾਂ ਦੇ ਕਮੈਂਟ ਆਉਂਦੇ ਪਏ ਸੀ ਕਿ ਗੁਰਨਾਭ ਪੁੱਲਰ ਦੀ ਵਾਈਫ ਦਾ ਨਾਮ ਕੀ ਆ ਤੇ ਇਹਨਾਂ ਨੇ ਲਵ ਮੈਰਿਜ ਕਰਵਾਈ ਹੈ ਜਾਂ ਅਰੇਂਜ ਮੈਰਿਜ ਕਰਵਾਈ ਹੈ ਸੋ ਉਸ ਦੇ ਰਿਲੇਟਡ ਆਪਾਂ ਇਸ ਵੀਡੀਓ ਵਿੱਚ ਗੱਲਬਾਤ ਕਰਾਂਗੇ ਸੋ ਪਹਿਲਾਂ ਆਪਾਂ ਗੱਲ ਕਰਦੇ ਗੁਰਨਾਭ ਪੁੱਲਰ ਦੀ ਵਾਈਫ ਦਾ ਫੁੱਲ ਨਾਮ ਆ ਜਿਹੜਾ ਕਿ ਡਾਕਟਰ ਬਲਪ੍ਰੀਤ ਕੌਰ ਆ ਤੇ ਤੇ ਉਹਨਾਂ ਨੇ ਐਮਬੀਬੀਐਸ ਦੀ ਪੜ੍ਹਾਈ ਕੀਤੀ ਹੋਈ ਆ ਤੇ ਸਿਆ ਜਾ ਰਿਹਾ ਹੈ ਕਿ ਗੁਰਨਾਮਪੁਰ ਦਾ ਸੋਰਾ ਪਰਿਵਾਰ ਹੈ ਜਿਹੜਾ ਕਿ ਉਹ ਮੋਗੇ ਦਾ ਰਹਿਣ ਵਾਲਾ ਹੈਗਾ ਗੁਰਨਾਮ ਭੁੱਲਰ ਦੀ ਵਾਈਫ ਦੀ ਏਜ ਐ ਜਿਹੜੀ ਕਿ 23 ਸਾਲਾਂ ਦੀ ਹੈਗੀ ਸੋ ਉੱਥੇ ਹੀ ਆਪਾਂ ਤੁਹਾਨੂੰ ਦੱਸਦੇ ਕਿ ਗੁਰਨਾਮ ਭੁੱਲਰ ਦੀ ਇਹ ਅਰੇਂਜ ਮੈਰਿਜ ਦੱਸੀ ਜਾ ਰਹੀ ਹੈਗੀ ਸੋ ਹਜੇ ਤੱਕ ਨਹੀਂ ਪਤਾ ਕਿ ਇਹਨਾਂ ਦੀ ਲਵ ਮੈਰਿਜ ਹੈ ਜਾਂ ਅਰੇਂਜ ਮੈਰਿਜ ਹੈ ਪਰ ਜਿੱਥੇ ਤੱਕ ਲੱਗ ਰਿਹਾ ਹੈ ਕਿ ਇਹਨਾਂ ਦੀ ਅਰੇਂਜ ਮੈਰਿਜ ਹੈ ਬਾਕੀ ਹੋ ਸਕਦਾ ਹੈ ਕਿ ਲਵ ਮੈਰਿਜ ਨੂੰ ਅਰੇਂਜ ਮੈਰਿਜ ਦੇ ਵਿੱਚ ਇਹਨਾਂ ਨੇ ਤਬਦੀਲ ਕੀਤਾ ਹੋਵੇ ਕਿਉਂਕਿ ਗੁਰਨਾਮ ਭੁੱਲਰ ਦੀ ਅੱਜ ਤੋਂ ਕੁਝ ਇੱਕ ਟਾਈਮ ਪਹਿਲਾਂ ਹੀ ਇੱਕ ਇੰਟਰਵਿਊ ਹੋਈ ਸੀ ਜਿਸ ਦੇ ਵਿੱਚ ਗੁਰਨਾਮ ਭੁੱਲਰ ਨੇ ਇਹ ਖੁਲਾਸਾ ਕੀਤਾ ਸੀ ਕਿ ਮੈਂ ਇਹ ਰਿਲੇਸ਼ਨਸ਼ਿਪ ਦੇ ਵਿੱਚ ਨਹੀਂ ਹੈਗਾ ਸੋ ਮੈਂ ਆਪਣ ਆਪਣੀ ਪਸੰਦ ਦੀ ਕੋਈ ਕੁੜੀ ਲੱਗੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰਕੇ ਤੁਹਾਨੂੰ ਗੁਰਨਾਪੂਲਰ ਤੇ ਉਸਦੀ ਵਾਈਫ ਬਲਪ੍ਰੀਤ ਦੀ ਜੋੜੀ ਕਿਵੇਂ ਦੀ ਲੱਗ ਰਹੀ ਹੈ ਮਿਸ਼ਕੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ